ਕਿੰਨਾ ਕੁ ਜਿਹੜਾ ਹੈਗਾ ਕਿਰਦਾਰ ਨਾਲ ਖੇਡਣ ਦਾ ਮੌਕਾ ਮਿਲੇ ਕਿ ਕਲਾਕਾਰ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਰਦਾਰ ਨਾਲ ਵੱਧ ਤੋਂ ਵੱਧ ਖੇਡਿਆ ਜਾਵੇ ਖੇਡਣ ਦਾ ਇੱਥੇ ਬਹੁਤ ਜ਼ਿਆਦਾ ਮੌਕਾ ਨਹੀਂ ਮਿਲਿਆ ਮੈਂ ਕਹਾਂਗਾ ਦ ਰੀਜ਼ਨ ਬੀਂਗ ਕਿਉਂਕਿ ਇਹ ਜਿਹੜਾ ਕੈਰੈਕਟਰ ਸੀ ਇਹ ਬੜਾ ਹੀ ਸੱਚਾ ਹੈ ਸਟ੍ਰੇਟ ਫਾਰਵਰਡ ਹੈ ਆਪਾਂ ਜਦੋਂ ਆਪਣਾ ਕੰਮ ਦੇਖਦੇ ਹਾਂ ਆਪਾਂ ਰੀਅਲਾਈਜ਼ ਕਰਦੇ ਹਾਂ ਕਿ ਮੈਂ ਇੱਥੇ ਬੈਟਰ ਕਰ ਸਕਦਾ ਸੀ ਬਹੁਤ ਵਾਰੀ ਇਹ ਹੁੰਦਾ ਆਡੀਅੰਸ ਉਹ ਕੈਚ ਨਹੀਂ ਕਰਦਾ ਆਡੀਅੰਸ ਨੂੰ ਲੱਗਦਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਐਕਟਰ ਕਦੇ ਵੀ ਸੈਟੀਸਫਾਈ ਨਹੀਂ ਹੁੰਦਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਸਹੀ ਗੱਲ ਹੈ ਤੇ ਆਈ ਥਿੰਕ ਸੈਟੀਸਫੈਕਸ਼ਨ ਹੋਣਾ ਵੀ ਨਹੀਂ ਚਾਹੀਦਾ ਜੇ ਜਿਸ ਦਿਨ ਆਪਾਂ ਸੈਟੀਸਫਾਈ ਹੋ ਗਏ ਉਸ ਦਿਨ ਆਪਾਂ ਆਪਣੀ ਇੰਪਰੂਵਮੈਂਟ ਦਾ ਸਕੋਪ ਖੋਜ ਜਾਂਦੇ ਹਾਂ ਬਾਈ ਜੀ ਕੁੱਟਣ ਕੇ ਫਿਲਮ ਜਿਹੜੇ ਐਕਟਰ ਨੇ ਜਿਹਨੇ ਡੈਬਿਊ ਮੂਵੀ ਦਾਰਾ ਸਿੰਘ ਖੁਰਾਣਾ ਸਾਡੇ ਨਾਲ ਮੌਜੂਦ ਨੇ ਖਾਸ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਉਹਨਾਂ ਨੂੰ ਕਿੱਦਾਂ ਦੀ ਲੱਗੀ ਪਰਫਾਰਮੈਂਸ ਕਿੱਦਾਂ ਦੀ ਲੱਗੀ ਇਹ ਤਾਂ ਆਈ ਥਿੰਕ ਤੁਸੀਂ ਦੱਸਣਾ ਚਾਹੀਦਾ ਮੈਨੂੰ ਐਜ਼ ਐਨ ਐਕਟਰ ਮੈਂ ਤਾਂ ਆਪਣਾ 100% ਦਿੱਤਾ ਤਾਂ ਬਹੁਤ ਵਧੀਆ ਲੱਗੀ ਚਲੋ ਬਸ ਤੁਸੀਂ ਕਹਿਤਾ ਬਸ ਥੈਂਕ ਯੂ ਸੋ ਮਚ ਆਈ ਥਿੰਕ ਅਸੀਂ ਆਡੀਅੰਸ ਤੋਂ ਐਕਸਪੈਕਟ ਕਰਦੇ ਹਾਂ ਕਿ ਉਹ ਸਾਨੂੰ ਦੱਸਣ ਉਹਨਾਂ ਨੂੰ ਕਿੱਦਾਂ ਦੀ ਪਰਫਾਰਮੈਂਸ ਲੱਗੀ ਅਸੀਂ ਆਪਣਾ 100% ਦੇਣ 'ਚ ਬਿਲੀਵ ਕਰਦੇ ਹਾਂ ਅਤੇ ਮੈਨੂੰ ਲੱਗਦਾ ਉਸ ਦਿੱਤਾ ਕਿੰਨਾ ਕੁ ਜਿਹੜਾ ਹੈਗਾ ਕਿਰਦਾਰ ਨਾਲ ਖੇਡਣ ਦਾ ਮੌਕਾ ਮਿਲੇ ਕਿ ਕਲਾਕਾਰ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਰਦਾਰ ਨਾਲ ਵੱਧ ਤੋਂ ਵੱਧ ਖੇਡਿਆ ਜਾਵੇ ਖੇਡਣ ਦਾ ਇੱਥੇ ਬਹੁਤ ਜ਼ਿਆਦਾ ਮੌਕਾ ਨਹੀਂ ਮਿਲਿਆ ਮੈਂ ਕਹਾਂਗਾ ਦ ਰੀਜ਼ਨ ਬੀਂਗ ਕਿਉਂਕਿ ਇਹ ਜਿਹੜਾ ਕੈਰੈਕਟਰ ਸੀ ਇਹ ਬੜਾ ਹੀ ਸੱਚਾ ਹੈ ਸਟ੍ਰੇਟ ਫਾਰਵਰਡ ਹੈ ਤਾਂ ਇਹਦੇ ਅੰਦਰ ਮੈਂ ਕੁਝ ਬਹੁਤ ਜ਼ਿਆਦਾ ਡਰਾਮਾ ਨਹੀਂ ਲੈ ਕੇ ਆ ਸਕਿਆ ਜਿਵੇਂ ਦਾ ਮੈਂ ਲੈ ਕੇ ਆਉਣਾ ਚਾਹੁੰਦਾ ਸੀ ਐਜ਼ ਅ ਕੈਰੈਕਟਰ ਬਟ ਅਪਾਰਟ ਫਰੋਮ ਦੈਟ ਇਟ ਵਾਜ਼ ਅ ਬ੍ਰਿਲੀਅੰਟ ਕੈਰੈਕਟਰ ਐਂਡ ਆਈ ਰੀਲੀ ਲਾਈਕਡ ਇਟ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਮੀ ਪੇਸ਼ੀ ਰਹਿ ਗਈ ਉਹ ਅਗਲੇ ਵਾਰ 'ਚ ਅਗਲੇ ਪ੍ਰੋਜੈਕਟ 'ਚ ਪੂਰੀ ਕੀਤੀ ਜਾ ਸਕਦੀ ਜੇਕਰ ਕਮੀ ਦੀ ਗੱਲ ਕੀਤੀ ਕਿਹੜੀ ਕਮੀ ਮੰਨਦੇ ਹੋ ਕਿ ਰਹਿ ਗਈ ਉਹ ਪੂਰੀ ਕੀਤੀ ਜਾ ਸਕਦੀ ਸੀ ਉਸ 'ਤੇ ਉਸਨੂੰ ਹੋਰ ਪੋਲਿਸ਼ ਕੀਤਾ ਜਾ ਸਕਦਾ ਆਈ ਥਿੰਕ ਜ਼ਿੰਦਗੀ 'ਚ ਆਪਾਂ ਬਸ ਗਰੋ ਕਰਦੇ ਹਾਂ ਆਪਣਾ ਗ੍ਰਾਫ ਹਮੇਸ਼ਾ ਉੱਤੇ ਜਾਂਦਾ ਆਪਣੀ ਪ੍ਰੀਵੀਅਸ ਮਿਸਟੇਕਸ ਤੋਂ ਆਪਾਂ ਸਿੱਖਦੇ ਹਾਂ ਤਾਂ ਆਪਾਂ ਜਦੋਂ ਆਪਣਾ ਕੰਮ ਦੇਖਦੇ ਹਾਂ ਆਪਾਂ ਰੀਅਲਾਈਜ਼ ਕਰਦੇ ਹਾਂ ਕਿ ਮੈਂ ਇੱਥੇ ਬੈਟਰ ਕਰ ਸਕਦਾ ਸੀ ਬਹੁਤ ਵਾਰੀ ਇਹ ਹੁੰਦਾ ਆਡੀਅੰਸ ਉਹ ਕੈਚ ਨਹੀਂ ਕਰਦਾ ਆਡੀਅੰਸ ਨੂੰ ਲੱਗਦਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਬਟ ਐਜ਼ ਐਨ ਐਕਟਰ ਅਸੀਂ ਉਹ ਰੀਅਲਾਈਜ਼ ਕਰਦੇ ਹਾਂ ਅਤੇ ਡੈਫੀਨੇਟਲੀ ਉਹ ਅਗਲੇ ਪਰਫਾਰਮੈਂਸ ਇੰਪਰੂਵ ਕਰਾਂਗੇ ਅਸੀਂ ਜਿੱਦਾਂ ਮੈਂ ਸਮੀਪ ਕੰਗ ਜੀ ਤੋਂ ਵੀ ਪੁੱਛਿਆ ਕਿ ਸੀਕੁਅਲ ਦੀ ਉਮੀਦ ਹੈਗੀ ਹੈ ਬਾਈ ਜੀ ਕੁੱਟਣਗੇ 2 ਜੇਕਰ ਫਿਲਮ ਰੱਬ ਦੀ ਕਿਰਪਾ ਨਾਲ ਬਹੁਤ ਬੁਲੰਦੀਆਂ ਨੂੰ ਛੂੰਦੀ ਹੈ ਤਾਂ ਐਕਸਪੈਕਟ ਕਰਦੇ ਹੋ ਸੀਕੁਅਲ ਇਸ ਦਾ ਡੈਫੀਨੇਟਲੀ ਆਈ ਥਿੰਕ ਜਿਸ ਤਰੀਕੇ ਦਾ ਅੱਜ ਰਿਸਪੋਂਸ ਮਿਲਿਆ ਅਤੇ ਮੀਡੀਆ ਨੂੰ ਅਤੇ ਸਾਰੇ ਲੋਕਾਂ ਨੂੰ ਅੱਜ ਫਿਲਮ ਪਸੰਦ ਆਈ ਹੈ ਉਹ ਦੇਰ ਦਿਨ ਦੂਰ ਨਹੀਂ ਹੈਗਾ ਜਦੋਂ ਆਪਾਂ ਬਾਈ ਜੀ ਕੁੱਟਣਗੇ 2 ਦੀ ਅਨਾਊਂਸਮੈਂਟ ਸੁਣਾਂਗੇ ਤੁਸੀਂ ਆਪਣੀ ਪਰਫਾਰਮੈਂਸ ਤੋਂ ਸੈਟੀਸਫਾਈ ਹੋ ਹਾਲਾਂਕਿ ਇੱਕ ਐਕਟਰ ਕਦੇ ਵੀ ਸੈਟੀਸਫਾਈ ਨਹੀਂ ਹੁੰਦਾ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਬਿਲਕੁਲ ਸਹੀ ਗੱਲ ਹੈ ਅਤੇ ਆਈ ਥਿੰਕ ਸੈਟੀਸਫੈਕਸ਼ਨ ਹੋਣਾ ਵੀ ਨਹੀਂ ਚਾਹੀਦਾ ਜੇ ਜਿਸ ਦਿਨ ਆਪਾਂ ਸੈਟੀਸਫਾਈ ਹੋ ਗਏ ਉਸ ਦਿਨ ਆਪਾਂ ਆਪਣੀ ਇੰਪਰੂਵਮੈਂਟ ਦਾ ਸਕੋਪ ਖੋਜ ਜਾਂਦੇ ਹਾਂ ਤਾਂ ਡੈਫੀਨੇਟਲੀ ਮੈਂ ਖੁਸ਼ ਹੈਗਾ ਆਪਣੇ ਪਰਫਾਰਮੈਂਸ ਤੋਂ ਬਟ ਕੁਝ ਚੀਜ਼ਾਂ ਹੈਗੀਆਂ ਜਿਹਦੇ ਉੱਤੇ ਮੈਂ ਆਪਣੇ ਨੈਕਸਟ ਕੈਰੈਕਟਰ ਡੈਫੀਨੇਟਲੀ ਕੰਮ ਕਰਨਾ ਚਾਹੁੰਦਾ ਤੁਸੀਂ ਦੇਖਿਆ ਸੀ ਕਿ ਐਕਟਰ ਦਾਰਾ ਸਿੰਘ ਖੁਰਾਣਾ ਜਿਨ੍ਹਾਂ ਨੇ ਖਾਸ ਗੱਲਬਾਤ ਤਾਂ ਕੀਤੀ ਅਤੇ ਇਹ ਕਿਹਾ ਕਿ ਇਹਨਾਂ ਨੂੰ ਸੀਕੁਅਲ ਦੀ ਉਮੀਦ ਹੈ ਜੇਕਰ ਰੱਬ ਦੀ ਕਿਰਪਾ ਨਾਲ ਫਿਲਮ ਬੁਲੰਦੀ ਨੂੰ ਛੂੰਦੀ ਹੈ ਤਾਂ ਸੀਕੁਅਲ ਦੀ ਉਮੀਦ ਕੀਤੀ ਜਾ ਸਕਦੀ ਹੈ ਸਿਨੇਮਾ ਘਰਾਂ ਵਿੱਚ ਬਾਈ ਜੀ ਕੁੱਟਣਗੇ 19 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਸੀਂ ਵੀ ਵੱਧ ਤੋਂ ਵੱਧ ਫਿਲਮ ਸਪੋਰਟ ਕਰੋ ਦੇਖਣ ਜੋ ਸਿਨੇਮਾ ਘਰਾਂ ਵਿੱਚ ਫੁੱਲ ਆਫ ਐਂਟਰਟੇਨਮੈਂਟ ਹੈ ਬਣੇ ਰਹੋ ਸਕਾਈ ਨਿਊਜ਼ ਪੰਜਾਬ ਨਾਲ ਬਾਈ ਜੀ ਕੁੱਟਣਗੇ ਫਿਲਮ ਜਿਹੜੇ ਐਕਟਰ ਨੇ ਜਿਹਨੇ ਡੈਬਿਊ ਮੂਵੀ ਦਾਰਾ ਸਿੰਘ ਖੁਰਾਣਾ ਸਾਡੇ ਨਾਲ ਮੌਜੂਦ ਨੇ ਖਾਸ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਉਹਨਾਂ ਨੂੰ ਕਿੱਦਾਂ ਦੀ ਲੱਗੀ ਪਰਫਾਰਮੈਂਸ ਕਿੱਦਾਂ ਦੀ ਲੱਗੀ ਇਹ ਤਾਂ ਆਈ ਥਿੰਕ ਤੁਸੀਂ ਦੱਸਣਾ ਚਾਹੀਦਾ ਮੈਨੂੰ ਐਜ਼ ਐਨ ਐਕਟਰ ਮੈਂ ਤਾਂ ਆਪਣਾ 100% ਦਿੱਤਾ ਤਾਂ ਬਹੁਤ ਵਧੀਆ ਲੱਗੀ ਚਲੋ ਬਸ ਤੁਸੀਂ ਕਹਿਤਾ ਬਸ ਥੈਂਕ ਯੂ ਸੋ ਮਚ ਆਈ ਥਿੰਕ ਅਸੀਂ ਆਡੀਅੰਸ ਤੋਂ ਐਕਸਪੈਕਟ ਕਰਦੇ ਹਾਂ ਕਿ ਉਹ ਸਾਨੂੰ ਦੱਸਣ ਉਹਨਾਂ ਨੂੰ ਕਿੱਦਾਂ ਦੀ ਪਰਫਾਰਮੈਂਸ ਲੱਗੀ ਅਸੀਂ ਆਪਣਾ 100% ਦੇਣ 'ਚ ਬਿਲੀਵ ਕਰਦੇ ਹਾਂ ਅਤੇ ਮੈਨੂੰ ਲੱਗਦਾ ਉਸ ਦਿੱਤਾ ਬਸ ਕਿੰਨਾ ਕੁ ਜਿਹੜਾ ਹੈਗਾ ਕਿਰਦਾਰ ਨਾਲ ਖੇਡਣ ਦਾ ਮੌਕਾ ਮਿਲੇ ਕਿ ਕਲਾਕਾਰ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਰਦਾਰ ਨਾਲ ਵੱਧ ਤੋਂ ਵੱਧ ਖੇਡਿਆ ਜਾਵੇ ਖੇਡਣ ਦਾ ਇੱਥੇ ਬਹੁਤ ਜ਼ਿਆਦਾ ਮੌਕਾ ਨਹੀਂ ਮਿਲਿਆ ਮੈਂ ਕਹਾਂਗਾ ਦ ਰੀਜ਼ਨ ਬੀਂਗ ਕਿਉਂਕਿ ਇਹ ਜਿਹੜਾ ਕੈਰੈਕਟਰ ਸੀ ਇਹ ਬੜਾ ਹੀ ਸੱਚਾ ਹੈ ਸਟ੍ਰੇਟ ਫਾਰਵਰਡ ਹੈ ਤਾਂ ਇਹਦੇ ਅੰਦਰ ਮੈਂ ਕੁਝ ਬਹੁਤ ਜ਼ਿਆਦਾ ਡਰਾਮਾ ਨਹੀਂ ਲੈ ਕੇ ਆ ਸਕਿਆ ਜਿਵੇਂ ਦਾ ਮੈਂ ਲੈ ਕੇ ਆਉਣਾ ਚਾਹੁੰਦਾ ਸੀ ਐਜ਼ ਅ ਕੈਰੈਕਟਰ ਬਟ ਅਪਾਰਟ ਫਰੋਮ ਦੈਟ ਇਟ ਵਾਜ਼ ਅ ਬ੍ਰਿਲੀਅੰਟ ਕੈਰੈਕਟਰ ਐਂਡ ਆਈ ਰੀਲੀ ਲਾਈਕਡ ਇਟ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਮੀ ਪੇਸ਼ੀ ਰਹਿ ਗਈ ਉਹ ਅਗਲੇ ਵਾਰ 'ਚ ਅਗਲੇ ਪ੍ਰੋਜੈਕਟ 'ਚ ਪੂਰੀ ਕੀਤੀ ਜਾ ਸਕਦੀ ਜੇਕਰ ਕਮੀ ਦੀ ਗੱਲ ਕੀਤੀ ਕਿਹੜੀ ਕਮੀ ਮੰਨਦੇ ਹੋ ਕਿ ਰਹਿ ਗਈ ਉਹ ਪੂਰੀ ਕੀਤੀ ਜਾ ਸਕਦੀ ਸੀ ਉਸ 'ਤੇ ਉਸਨੂੰ ਹੋਰ ਪੋਲਿਸ਼ ਕੀਤਾ ਜਾ ਸਕਦਾ ਆਈ ਥਿੰਕ ਜ਼ਿੰਦਗੀ 'ਚ ਆਪਾਂ ਬਸ ਗਰੋ ਕਰਦੇ ਹਾਂ ਆਪਣਾ ਗ੍ਰਾਫ ਹਮੇਸ਼ਾ ਉੱਤੇ ਜਾਂਦਾ ਆਪਣੀ ਪ੍ਰੀਵੀਅਸ ਮਿਸਟੇਕਸ ਤੋਂ ਆਪਾਂ ਸਿੱਖਦੇ ਹਾਂ ਤਾਂ ਆਪਾਂ ਜਦੋਂ ਆਪਣਾ ਕੰਮ ਦੇਖਦੇ ਹਾਂ ਆਪਾਂ ਰੀਅਲਾਈਜ਼ ਕਰਦੇ ਹਾਂ ਕਿ ਮੈਂ ਇੱਥੇ ਬੈਟਰ ਕਰ ਸਕਦਾ ਸੀ ਬਹੁਤ ਵਾਰੀ ਇਹ ਹੁੰਦਾ ਆਡੀਅੰਸ ਉਹ ਕੈਚ ਨਹੀਂ ਕਰਦਾ ਆਡੀਅੰਸ ਨੂੰ ਲੱਗਦਾ ਕਿ ਅਸੀਂ ਬਹੁਤ ਚੰਗਾ ਕੰਮ ਕੀਤਾ ਬਟ ਐਜ਼ ਐਨ ਐਕਟਰ ਅਸੀਂ ਉਹ ਰੀਅਲਾਈਜ਼ ਕਰਦੇ ਹਾਂ ਅਤੇ ਡੈਫੀਨੇਟਲੀ ਉਹ ਅਗਲੇ ਪਰਫਾਰਮੈਂਸ ਇੰਪਰੂਵ ਕਰਾਂਗੇ ਅਸੀਂ ਜਿੱਦਾਂ ਮੈਂ ਸਮੀਪ ਕੰਗ ਜੀ ਤੋਂ ਵੀ ਪੁੱਛਿਆ ਕਿ ਸੀਕੁਅਲ ਦੀ ਉਮੀਦ ਹੈਗੀ ਹੈ ਬਾਈ ਜੀ ਕੁੱਟਣਗੇ 2 ਜੇਕਰ ਫਿਲਮ ਰੱਬ ਦੀ ਕਿਰਪਾ ਨਾਲ ਬਹੁਤ ਬੁਲੰਦੀਆਂ ਨੂੰ ਛੂੰਦੀ ਹੈ ਤਾਂ ਐਕਸਪੈਕਟ ਕਰਦੇ ਹੋ ਸੀਕੁਅਲ ਇਸ ਦਾ
डेफिनेटली आई थिंक जिस तरीके का अज रिस्पोंस मिले तो मीडिया तो सारे लोगों अज फिल्म पसंद आई है वो देर दिन दूर नहीं है जो आप बाई जी कुटन के टू की अनाउंसमेंट सुना अपनी परफॉर्मेंस तो सैटिस्फाई हो हालांकि एक एक्टर कदे भी सैटिस्फाई नहीं होंगे इसको किस तरीके ना देखते हो बिल्कुल सही गल है आई थिंक सैटिस्फैक्शन होना भी नहीं चाहिए जे जिस दिन आप सैटिस्फाई हो गए उस दिन आप अपने इंप्रूवमेंट का स्कोप खोज जाने तो डेफिनेटली मैं खुश है अपने परफॉर्मेंस तो बट कुछ चीज़ा है जिद उत्ते मैं अपने नैक्सट कैरेक्टर डेफिनेटली काम करना चाहता देखिया इसे कि एक्टर दारा सिंह खुराना जिन्होंने खास गलबात की तो यह क्या कि इन्हों सीक्वल की उम्मीद है जेकर रब की कृपा फिल्म बुलंदी में छूँ तो सीक्वल की उम्मीद की जा सकती है सिनेमाघर में बाई जी कुटन 19 अगस्त को रिलीज़ हो जा रही है तुम भी वो फिल्म सपोर्ट करो देखने दो सिनेमाघर में फुल ऑफ एंटरटेनमेंट है बने रहो स्काई न्यूज़ पंजाब नाल हर खबर की ताज़ा अपडेट के लिए साढ़े यूट्यूब चैनल सबसक्राइब करो फेसबुक चैनल लाइक शेयर करो।